ਅੱਜ ਅਸੀਂ ਕਰਾਂਗੇ ਮੋਸਟ ਇੰਪੋਰਟੈਂਟ ਕੁਐਸਚਨ ਕਿ ਆਪਣਾ ਅੱਜ ਮੋਕ ਟੈਸਟ, ਠੀਕ ਹੈ। ਇਹਦੇ ਜਿੰਨੇ ਵੀ ਆਪਾਂ ਕੁਐਸਚਨ ਕਰਾਂਗੇ ਲਗਭਗ ਅੱਧ ਤੋਂ ਜ਼ਿਆਦਾ ਤੁਹਾਡੇ ਸਹੀ ਹੋਣੇ ਚਾਹੀਦੇ ਨੇ, ਮਤਲਬ ਤੁਸੀਂ ਵੀ ਆਪਣੇ ਆਨਸਰ ਨਾਲ ਨਾਲ ਲਗਾਉਂਦੇ ਜਾਣਾ। ਅਗਰ ਅੱਧੇ ਨਾਲ ਜ਼ਿਆਦਾ ਤੁਹਾਡੇ ਕੁਐਸਚਨ ਸਹੀ ਹੁੰਦੇ ਨੇ ਤਾਂ ਫਿਰ ਸਮਝ ਸਕਦੇ ਹਾਂ ਤੁਹਾਡੀ ਤਿਆਰੀ ਅੱਛੀ ਹੈ, ਠੀਕ ਹੈ। ਅਗਰ ਨਹੀਂ ਹੈ ਤਾਂ ਤੁਹਾਨੂੰ ਤਿਆਰੀ ਕਰਨ ਦੀ ਹੋਰ ਵੀ ਬਹੁਤ ਜ਼ਿਆਦਾ ਜ਼ਰੂਰਤ ਹੈ, ਕਿਉਂਕਿ ਆਪਣਾ ਪੇਪਰ ਬਹੁਤ ਜਲਦੀ ਹੋਣ ਵਾਲਾ ਹੈ 7 ਤਰੀਕ ਨੂੰ। ਇਸ ਕਰਕੇ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ, ਸਾਰੇ ਕੁਐਸਚਨ ਬਹੁਤ ਇੰਪੋਰਟੈਂਟ ਨੇ। ਚੈਨਲ 'ਤੇ ਪਹਿਲੀ ਵਾਰੀ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲਣਾ, ਤਾਂ ਜੋ ਸਾਡੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ। ਕਰਦੇ ਹਾਂ ਅੱਜ ਦੇ ਇੰਪੋਰਟੈਂਟ ਕੁਐਸਚਨ। ਕੁਐਸਚਨ, ਸਾਡੇ ਸਰੀਰ ਵਿੱਚ ਕਿਹੜਾ ਤੱਤ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ? ਤੁਸੀਂ ਆਪਣੇ ਕੁਐਸਚਨ ਜੋ ਆਨਸਰ ਹੈ ਲਗਾਉਂਦੇ ਜਾਣਾ। ਸੋਡੀਅਮ, ਆਕਸੀਜਨ, ਆਇਓਡੀਨ ਜਾਂ ਫਾਸਫੋਰਸ? ਸਭ ਤੋਂ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ ਕੀ ਹੈ? ਆਕਸੀਜਨ। ਚਲਦੇ ਹਾਂ ਨੈਕਸਟ ਕੁਐਸਚਨ ਵੱਲ। ਮਨੁੱਖੀ ਸਰੀਰ ਦੀ ਸਭ ਤੋਂ ਛੋਟੀ ਹੱਡੀ ਦਾ ਨਾਮ? ਇੰਕਸ, ਮਲੀਅਸ, ਵੋਮਰ ਜਾਂ ਸਟੈਪਸ? ਜੋ ਰਾਈਟ ਆਂਸਰ ਹੋ ਜਾਏਗਾ ਉਹ ਕੀ ਹੈ? ਬੀ, ਸਭ ਤੋਂ ਛੋਟੀ ਹੱਡੀ ਦਾ ਨਾਮ ਹੈ ਸਟੈਪਸ। ਮਨੁੱਖੀ ਸਰੀਰ ਦੇ ਕਿਹੜੇ ਹਿੱਸੇ ਵਿੱਚ ਸਭ ਤੋਂ ਛੋਟੀ ਹੱਡੀ ਪਾਈ ਜਾਂਦੀ ਹੈ? ਜੋ ਸਭ ਤੋਂ ਛੋਟੀ ਹੱਡੀ ਹੈ ਸਟੈਪਸ, ਕਿਹੜੇ ਹਿੱਸੇ ਵਿੱਚ ਪਾਈ ਜਾਂਦੀ ਹੈ? ਨੱਕ, ਪੈਰ, ਕੰਨ ਜਾਂ ਮੱਥੇ ਵਿੱਚ? ਰਾਈਟ ਆਂਸਰ ਹੋ ਜਾਏਗਾ ਸੀ। ਚਲਦੇ ਹਾਂ ਨੈਕਸਟ ਕੁਐਸਚਨ ਵਿੱਚ। ਕੀ ਕਿਹਾ ਗਿਆ? ਸਾਡੇ ਸਰੀਰ ਵਿੱਚ ਸਭ ਤੋਂ ਵੱਧ ਮਾਤਰਾ ਵਿੱਚ ਪਾਇਆ ਜਾਣ ਵਾਲਾ ਤੱਤ ਕਿਹੜਾ ਹੈ? ਹੁਣ ਤੱਤ ਦੀ ਗੱਲ ਕਰ ਲੈਣਾ ਕਿਹੜਾ ਹੈ। ਪਹਿਲਾਂ ਵੀ ਆਪਣਾ ਕੁਐਸਚਨ ਆਪਾਂ ਕਰ ਲਿਆ, ਸਾਡੇ ਸਰੀਰ 'ਚ ਪਾਇਆ ਉਦੋਂ ਆਕਸੀਜਨ ਸੀਗਾ। ਅਗਰ ਆਕਸੀਜਨ ਨਹੀਂ ਦਿੱਤੀ ਹੋਈ ਤਾਂ ਤੁਸੀਂ ਆਂਸਰ ਕੀ ਕਰੋਗੇ ਇਹਦੇ ਵਿੱਚ? ਜੋ ਰਾਈਟ ਆਂਸਰ ਹੋ ਜਾਏਗਾ ਏ, ਕੈਲਸ਼ੀਅਮ ਫਾਸਫੇਟ, ਠੀਕ ਹੈ ਜੀ। ਚਲਦੇ ਹਾਂ ਨੈਕਸਟ ਕੁਐਸਚਨ ਵੱਲ। ਕੀ ਕਿਹਾ ਗਿਆ? ਮਨੁੱਖੀ ਸਰੀਰ ਵਿੱਚ ਲੱਤ ਵਿੱਚ ਮੌਜੂਦ ਹੱਡੀ ਕਿਹੜੀ ਹੈ? ਰਿਵੇਟ, ਸੋਲਿਡ, ਪੋਰਸ ਜਾਂ ਹੋਲੋ? ਜੋ ਲੱਤ ਵਾਲੀ ਹੱਡੀ ਹੈ ਉਹ ਕੀ ਹੈ? ਉਹ ਆਂਸਰ ਹੋ ਜਾਏਗਾ ਆਪਣਾ ਬੀ, ਸੋਲਿਡ। ਜੋ ਸਭ ਤੋਂ ਮਜ਼ਬੂਤ ਹੱਡੀ ਹੁੰਦੀ ਹੈ ਆਪਣੀ ਲੱਤ ਵਿੱਚ ਹੁੰਦੀ ਹੈ। ਚਲਦੇ ਹਾਂ ਨੈਕਸਟ ਕੁਐਸਚਨ ਵੱਲ। ਆਰਥਰੋਪਲਾਸਟੀ ਤੋਂ ਕੀ ਭਾਵ ਹੈ? ਖੂਨ ਚੜਾਉਣਾ, ਗੁਰਦੇ ਬਦਲਣਾ, ਓਪਨ ਹਾਰਟ ਸਰਜਰੀ ਜਾਂ ਜੋੜਾਂ ਦੇ ਕੰਮ ਨੂੰ ਬਹਾਲ ਕਰਨ ਇੱਕ ਸਰਜੀਕਲ ਪ੍ਰਕਿਰਿਆ ਹੈ? ਆਪਣਾ ਜੋ ਆਂਸਰ ਹੋ ਜਾਏਗਾ ਉਹ ਕੀ ਹੋ ਜਾਏਗਾ? ਡੀ, ਜੋੜਾਂ ਦੇ ਕੰਮ ਨੂੰ ਬਹਾਲ ਕਰਨ ਲਈ ਇੱਕ ਸਰਜੀਕਲ ਪ੍ਰਕਿਰਿਆ ਹੈ। ਨੈਕਸਟ ਕੁਐਸਚਨ ਵਿੱਚ ਕੀ ਕਿਹਾ ਗਿਆ? ਹੱਡੀਆਂ ਅਤੇ ਦੰਦਾਂ ਦੇ ਗਠਨ ਲਈ ਹੇਠ ਦਿੱਤੇ ਵਿਕਲਪਾਂ ਵਿੱਚੋਂ ਕਿਹੜਾ ਜ਼ਿੰਮੇਵਾਰ ਹੈ? ਹੱਡੀਆਂ ਅਤੇ ਦੰਦਾਂ ਨੂੰ ਬਣਾਉਣ ਲਈ ਜੋ ਪੁੱਛ ਰਹੇ ਨੇ ਕਿਹੜਾ ਤੱਤ ਜ਼ਿੰਮੇਵਾਰ ਹੈ? ਸੋਡੀਅਮ, ਪੋਟਾਸ਼ੀਅਮ, ਕੈਲਸ਼ੀਅਮ ਅਤੇ ਫਾਸਫੋਰਸ? ਆਇਰਨ ਅਤੇ ਕੈਲਸ਼ੀਅਮ। ਰਾਈਟ ਆਂਸਰ ਹੋ ਜਾਏਗਾ ਸੀ, ਕੈਲਸ਼ੀਅਮ ਅਤੇ ਫਾਸਫੋਰਸ। ਛਾਤੀ ਦੀ ਹੱਡੀ ਜਾਂ ਬ੍ਰੈਸਟ ਬੋਨ ਦਾ ਨਾਮ ਕੀ ਹੈ? ਸਟਰਨਮ, ਕਲੈਵੀਕਲ, ਪਟੇਲਾ ਜਾਂ ਸਕੈਪੂਲਾ? ਬ੍ਰੈਸਟ ਬੋਨ ਦਾ ਨਾਮ ਕੀ ਹੈ? ਰਾਈਟ ਆਂਸਰ ਹੋ ਜਾਏਗਾ ਏ, ਸਟਰਨਮ। ਸ਼ੋਲਡਰ ਬਲੇਡ ਬੋਨ ਕਿਹੜੀ ਹੈ? ਪਟੇਲਾ, ਸਕੈਪੂਲਾ, ਕਲੈਵੀਕਲ ਜਾਂ ਸਟਰਨਮ? ਆਪਣਾ ਆਂਸਰ ਹੋ ਜਾਏਗਾ
ਬੀ ਸ਼ੋਲਡਰ ਬਲੈਡ ਬੋਨ ਵੀ ਕਿਹਨੂੰ ਕਿਹਾ ਜਾਂਦਾ ਹੈ? ਸਕੈਪਲਾ। ਹਾਂਜੀ, ਨੈਕਸਟ ਕੁਐਸਚਨ ਵਿੱਚ ਕੀ ਕਿਹਾ ਗਿਆ, ਮਨੁੱਖੀ ਦਿਮਾਗ ਦੀ ਯਾਦ ਸ਼ਕਤੀ ਕਿਸ ਵਿੱਚ ਪਾਈ ਜਾਂਦੀ ਹੈ? ਸੈਰੇਬ੍ਰਮ, ਦਿਮਾਗੀ ਖੋਲ, ਸੈਰੇਬੈਲਮ ਜਾਂ ਇਹਨਾਂ ਵਿੱਚ ਕੋਈ ਨਹੀਂ? ਕੁਐਸਚਨ ਦਾ ਰਾਈਟ ਆਂਸਰ ਕੀ ਹੈ? ਏ, ਸੈਰੇਬ੍ਰਮ ਵਿੱਚ। ਸੈੱਲਾਂ ਦੇ ਕਿਹੜੇ ਅੰਗ ਨਿਊਕਲੀਅਸ ਅਤੇ ਡੀ ਐੱਨ ਏ ਰੱਖਦੇ ਹਨ? ਜਿਹਦੇ ਵਿੱਚ ਨਿਊਕਲੀਅਸ ਔਰ ਡੀ ਐੱਨ ਏ ਹੁੰਦਾ ਹੈ, ਸੈਂਟਰੀਓਲ, ਗੋਲਗੀ ਉਪਕਰਨ, ਲਾਈਜ਼ੋਸੋਮ ਜਾਂ ਮਾਈਟੋਕੋਂਡਰੀਆ। ਕੁਐਸਚਨ ਦਾ ਰਾਈਟ ਆਂਸਰ ਕੀ ਹੋ ਜਾਏਗਾ? ਸੈੱਲ ਦੇ ਕਿਹੜੇ ਅੰਗ ਨਿਊਕਲੀਅਸ ਅਤੇ ਡੀ ਐੱਨ ਏ ਰੱਖਦੇ ਹਨ? ਆਂਸਰ ਡੀ, ਮਾਈਟੋਕੋਂਡਰੀਆ। ਫਿਰ ਕਿਹਾ ਗਿਆ, ਇਹਨੂੰ ਕੱਟ ਦਾਂਗੇ ਆਪਾਂ, ਕਹਿੰਦੇ ਹੇਠ ਦਿੱਤੇ ਵਿਕਲਪਾਂ ਵਿੱਚ ਮਨੁੱਖੀ ਸਰੀਰ ਵਿੱਚ ਸਭ ਤੋਂ ਲੰਬੇ ਸੈੱਲ ਦਾ ਨਾਮ ਦੱਸੋ। ਨਰਵ ਸੈੱਲ, ਜਿਗਰ ਸੈੱਲ, ਮਾਸਪੇਸ਼ੀ ਸੈੱਲ ਜਾਂ ਇਹਨਾਂ ਵਿੱਚ ਕੋਈ ਨਹੀਂ? ਕੁਐਸਚਨ ਦਾ ਰਾਈਟ ਆਂਸਰ ਕੀ ਹੋ ਜਾਏਗਾ? ਜੋ ਮਨੁੱਖੀ ਸਰੀਰ ਸਭ ਤੋਂ ਲੰਬੇ ਸੈੱਲ ਦਾ ਨਾਮ ਕੀ ਹੈ? ਆਂਸਰ ਹੋ ਜਾਏਗਾ ਏ, ਨਰਵ ਸੈੱਲ। ਜੋ ਇਹ ਨਰਵ ਸੈੱਲ ਹੈ 3 ਫੁੱਟ ਤੱਕ ਕੀ ਹੈ, ਲੰਬਾ ਹੋ ਸਕਦਾ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਨੈਕਸਟ ਕੁਐਸਚਨ ਵਿੱਚ ਕੀ ਕਿਹਾ ਗਿਆ, ਸੈੱਲਾਂ ਦਾ ਪਾਵਰ ਹਾਊਸ ਕੀ ਹੈ? ਗੋਲਗੀ ਦੇ ਸਰੀਰ, ਨਿਊਕਲੀਅਸ, ਮਾਈਕਰੋਕੋਂਡਰੀਆ ਜਾਂ ਰਾਈਬੋਸੋਮ? ਕੁਐਸਚਨ ਦਾ ਰਾਈਟ ਆਂਸਰ ਕੀ ਹੋ ਜਾਏਗਾ? ਸੀ, ਮਾਈਟਰੋਕੋਂਡਰੀਆ। ਪਾਵਰ ਹਾਊਸ ਆਪਾਂ ਕਿਹਨੂੰ ਕਹਾਂਗੇ? ਮਾਈਟਰੋਕੋਂਡਰੀਆ ਨੂੰ ਕਹਾਂਗੇ। ਸੈੱਲਾਂ ਵਿੱਚ 80% ਤੋਂ ਵੱਧ ਕੀ ਪਾਇਆ ਜਾਂਦਾ ਹੈ? ਪ੍ਰੋਟੀਨ, ਚਰਬੀ, ਖਣਿਜ ਜਾਂ ਪਾਣੀ? ਸਭ ਤੋਂ ਜ਼ਿਆਦਾ ਮਾਤਰਾ ਵਿੱਚ ਜੋ ਸੈੱਲਾਂ ਵਿੱਚ ਪਾਇਆ ਜਾਂਦਾ ਉਹ ਹੁੰਦਾ ਪਾਣੀ। ਫਿਰ ਕੀ ਕਿਹਾ ਗਿਆ, ਹੇਠ ਦਿੱਤੇ ਸੈੱਲਾਂ ਵਿੱਚ ਕਿਹੜਾ ਲਾਈਜ਼ੋਸੋਮ ਬਣਾਉਂਦਾ ਹੈ? ਲਾਈਜ਼ੋਸੋਮ ਕਿਹਦੇ ਦੁਆਰਾ ਬਣਦਾ ਹੈ? ਨਿਊਕਲੀਅਸ, ਐਂਡੋਪਲਾਸਟਿਕ ਰੈਟੀਕਲਮ, ਰਾਈਬੋਸੋਮ ਜਾਂ ਗੋਲਗੀ ਬੋਡੀਸ? ਕੁਐਸਚਨ ਦਾ ਰਾਈਟ ਆਂਸਰ ਹੋ ਜਾਏਗਾ ਡੀ, ਗੋਲਗੀ ਬੋਡੀਸ। ਹਾਂਜੀ, ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਉਮੀਦ ਕਰਦਾ ਤੁਸੀਂ ਵੀ ਆਪਣੇ ਆਂਸਰ ਨਾਲ ਨਾਲ ਲਗਾ ਰਹੇ ਹੋ। ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਡੇ ਕਿੰਨੇ ਕੁਐਸਚਨ ਸਹੀ ਹੋਏ ਨੇ। ਸਿਗਰਟ ਪੀਣ ਵਾਲੇ ਆਦਮੀ ਦੇ ਫੇਫੜਿਆਂ ਵਿੱਚ ਕਿਹੜਾ ਪਦਾਰਥ ਹੁੰਦਾ ਹੈ? ਨਿਕੋਟੀਨ, ਕਾਰਸੀਨੋਜੈਨਿਕ ਟੋਰਸ ਜਾਂ ਕਾਰਬਨ ਮੋਨੋਆਕਸਾਈਡ ਜਾਂ ਉਪਰੋਕਤ ਸਾਰੇ? ਰਾਈਟ ਆਂਸਰ ਹੋ ਜਾਏਗਾ ਡੀ, ਉਪਰੋਕਤ ਸਾਰੇ। ਫਿਰ ਕਹਿੰਦੇ ਨੇ, ਸਿਗਰਟ ਪੀਣ ਵਾਲੇ ਆਦਮੀਆਂ ਨੂੰ ਹੇਠ ਵਿੱਚੋਂ ਕਿਹੜੀ ਬਿਮਾਰੀ ਹੋ ਸਕਦੀ ਹੈ? ਫੇਫੜਿਆਂ ਦਾ ਕੈਂਸਰ, ਨਿਕਾਈਟਿਸ, ਐਮਫਾਈਸੀਮਾ ਜਾਂ ਉਪਰੋਕਤ ਸਾਰੇ? ਸਿਗਰਟ ਪੀਣ ਵਾਲੇ ਆਦਮੀ ਨੂੰ ਕਿਹੜੀ ਬਿਮਾਰੀ ਹੋ ਸਕਦੀ ਹੈ? ਰਾਈਟ ਆਂਸਰ ਹੋ ਜਾਏਗਾ ਡੀ, ਉਪਰੋਕਤ ਸਾਰੇ, ਇਹ ਸਾਰੀਆਂ ਬਿਮਾਰੀਆਂ ਹੋ ਸਕਦੀਆਂ ਨੇ। ਨੈਕਸਟ ਕੁਐਸਚਨ ਵਿੱਚ ਕਿਹਾ ਗਿਆ, ਕਈ ਦਵਾਈਆਂ ਜਿਹੜੀਆਂ ਨੌਜਵਾਨਾਂ ਲਈ ਗੈਰ ਕਾਨੂੰਨੀ ਰੂਪ ਵਿੱਚ ਲਈਆਂ ਜਾਂਦੀਆਂ ਹਨ, ਉਹ ਹਨ ਮੋਰਫਿਨ, ਗਾਂਜਾ, ਲਾਈਸਰਜਿਕ ਐਸਿਕ ਜਾਂ ਉਪਰੋਕਤ ਸਾਰੇ? ਹਾਂਜੀ, ਰਾਈਟ ਆਂਸਰ ਹੋ ਜਾਏਗਾ ਕੀ ਹੈ, ਡੀ। ਚਲਦੇ ਹਾਂ ਨੈਕਸਟ ਕੁਐਸਚਨ ਵੱਲ। ਹੇਠ ਲਿਖੇ ਸੰਕਰਮਣ ਕਿਸ ਰਾਹੀਂ ਹੁੰਦੇ ਹਨ? ਬੈਕਟੀਰੀਆ, ਵਾਇਰਸ, ਪ੍ਰੋਟੋਜੋਆ ਜੋ ਉਪਰੋਕਤ ਸਾਰੇ? ਹੇਠ ਲਿਖੇ ਸੰਕਰਮਣ ਜ਼ਿਆਦਾਤਰ ਹੁੰਦੇ ਹਨ ਬੈਕਟੀਰੀਆ, ਵਾਇਰਸ ਔਰ ਪ੍ਰੋਟੋਜੋਆ, ਇਹਨਾਂ ਸਾਰਿਆਂ ਦੁਆਰਾ। ਸੋ ਆਪਣਾ ਆਂਸਰ ਡੀ ਹੋ ਜਾਏਗਾ।
ਵਿਸ਼ਵ ਦਾ ਪਹਿਲਾ ਨਰਸਿੰਗ ਸਕੂਲ ਸ਼ੁਰੂ ਕੀਤਾ ਗਿਆ। ਪਹਿਲਾ ਨਰਸਿੰਗ ਸਕੂਲ ਕਦੋਂ ਸ਼ੁਰੂ ਕੀਤਾ ਗਿਆ, ਮਤਲਬ ਕਿੱਥੇ ਸ਼ੁਰੂ ਕੀਤਾ ਗਿਆ, ਸੋਰੀ, ਵਿਸ਼ਵ ਦਾ ਪਹਿਲਾ ਨਰਸਿੰਗ ਸਕੂਲ ਸ਼ੁਰੂ ਕੀਤਾ ਗਿਆ ਸੀ ਲੰਡਨ, ਭਾਰਤ, ਅਮੈਰੀਕਾ ਜਾਂ ਇਟਲੀ ਵਿੱਚ। ਜੋ ਕੁਸ਼ਚਨ ਦਾ ਰਾਈਟ ਆਂਸਰ ਹੋ ਜਾਏਗਾ ਬੀ, ਭਾਰਤ ਵਿੱਚ। ਹਾਂਜੀ, ਨੈਕਸਟ ਕੁਸ਼ਚਨ ਕੀ ਕਿਹਾ ਗਿਆ, ਜੋ ਮੰਕੀ ਪੋਕਸ ਹੈ ਦਾ ਸਭ ਤੋਂ ਪਹਿਲਾਂ ਕਿਸ ਦੇਸ਼ ਵਿੱਚ ਪਤਾ ਲਗਾਇਆ ਗਿਆ, ਭਾਰਤ, ਚੀਨ, ਜਪਾਨ ਜਾਂ ਬ੍ਰਾਜ਼ੀਲ। ਮੰਕੀ ਪੋਕਸ ਦਾ ਸਭ ਤੋਂ ਪਹਿਲਾਂ ਪਤਾ ਲਗਾਇਆ ਗਿਆ ਸੀਗਾ ਭਾਰਤ ਵਿੱਚ। ਸੋ ਆਪਣਾ ਰਾਈਟ ਆਂਸਰ ਹੋ ਜਾਏਗਾ ਏ। ਫਿਰ ਕਿਹਾ ਗਿਆ ਹੈ, ਦੇਸ਼ ਵਿੱਚ ਨੈਸ਼ਨਲ ਫੈਮਿਲੀ ਹੈਲਥ ਐਂਡ ਵੈਲਫੇਅਰ ਪ੍ਰੋਗਰਾਮ ਕਦੋਂ ਸ਼ੁਰੂ ਕੀਤਾ ਗਿਆ, 1947, 1952 ਵਿੱਚ, 1953 ਜਾਂ 80 ਵਿੱਚ। ਕੁਸ਼ਚਨ ਦਾ ਰਾਈਟ ਆਂਸਰ ਹੋ ਜਾਏਗਾ 1952 ਵਿੱਚ ਨੈਸ਼ਨਲ ਫੈਮਿਲੀ ਹੈਲਥ ਐਂਡ ਵੈਲਫੇਅਰ ਪ੍ਰੋਗਰਾਮ ਸ਼ੁਰੂ ਕੀਤਾ ਗਿਆ 1952 ਵਿੱਚ। ਫਿਰ ਕੀ ਕਿਹਾ ਗਿਆ ਕੁਸ਼ਚਨ ਵਿੱਚ, ਪਲਸ ਪੋਲੀਓ ਟੀਕਾਕਰਨ ਪ੍ਰੋਗਰਾਮ ਤਹਿਤ ਘਰ ਘਰ ਜਾ ਕੇ ਉਹਨਾਂ ਘਰਾਂ ਦੇ ਬਾਰੇ ਕੀ ਲਿਖਿਆ ਜਾਂਦਾ ਹੈ ਜਿੱਥੇ 0 ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਨੂੰ ਟੀਕਾਕਰਨ ਨਹੀਂ ਕੀਤਾ ਗਿਆ। ਹੁਣ ਤੇ ਕੀ ਲਿਖਿਆ ਜਾਂਦਾ ਹੈ, ਐਕਸ, ਜੈੱਡ, ਪੀ ਜਾਂ ਆਰ? ਉੱਥੇ ਲਿਖਿਆ ਜਾਂਦਾ ਐਕਸ ਲਿਖਿਆ ਜਾਂਦਾ ਹੈ। ਸੋ ਆਪਣਾ ਆਂਸਰ ਹੋ ਜਾਏਗਾ ਏ। ਹਾਂਜੀ, ਨੈਕਸਟ ਕੁਸ਼ਚਨ ਵਿੱਚ ਕੀ ਕਿਹਾ ਗਿਆ, ਜਿਸ ਕਮੇਟੀ ਨੂੰ ਪੋਰ ਕਮੇਟੀ ਵੀ ਕਿਹਾ ਜਾਂਦਾ ਹੈ, ਇਹਨਾਂ ਵਿੱਚੋਂ ਕਿਹੜੀ ਕਮੇਟੀ ਨੂੰ ਪੋਰ ਕਮੇਟੀ ਵੀ ਕਿਹਾ ਜਾਂਦਾ ਹੈ? ਸਿਹਤ ਸਰਵੇਖਣ ਅਤੇ ਵਿਕਾਸ ਕਮੇਟੀ, ਸਿਹਤ ਸਰਵੇਖਣ ਅਤੇ ਯੋਜਨਾ ਕਮੇਟੀ, ਚੱਡਾ ਕਮੇਟੀ ਜਾਂ ਇਹਨਾਂ ਵਿੱਚ ਕੋਈ ਨਹੀਂ? ਪੋਰ ਕਮੇਟੀ ਨੂੰ ਹੋਰ ਕੀ ਕਿਹਾ ਜਾਂਦਾ ਹੈ? ਇਹ ਸਿਹਤ ਸਰਵੇਖਣ ਅਤੇ ਵਿਕਾਸ ਕਮੇਟੀ। ਚੱਲਦੇ ਹਾਂ ਨੈਕਸਟ ਕੁਸ਼ਚਨ ਵੱਲ। ਸਿਹਤ ਟੀਮ ਦਾ ਮੁਖੀ ਹੈ, ਜੋ ਸਿਹਤ ਟੀਮ ਹੁੰਦੀ ਹੈ ਹੋਸਪਿਟਲ ਵਿੱਚ, ਉਹਦਾ ਮੁਖੀ ਕੌਣ ਹੁੰਦਾ ਹੈ? ਇੱਕ ਡਾਕਟਰ, ਕੰਪਾਊਂਡਰ, ANM ਜਾਂ ਇਹਨਾਂ ਵਿੱਚ ਕੋਈ ਨਹੀਂ? ਕੁਸ਼ਚਨ ਦਾ ਰਾਈਟ ਆਂਸਰ ਕੀ ਹੈ? ਇਹ ਇੱਕ ਡਾਕਟਰ। ਸਾਡੇ ਦਿਲ ਵਿੱਚ ਕੁੱਲ ਕਿੰਨੇ ਚੈਂਬਰ ਹੁੰਦੇ ਹਨ? ਕਿੰਨੇ ਚੈਂਬਰ ਨੇ? 2, 4, 3 ਜਾਂ 5? ਕੁਸ਼ਚਨ ਦਾ ਰਾਈਟ ਆਂਸਰ ਕੀ ਹੋ ਜਾਏਗਾ? ਹੋ ਜਾਏਗਾ B, 4। ਨੈਕਸਟ ਕੁਸ਼ਚਨ, ਤੇਜ਼ਾਬੀ ਪਦਾਰਥਾਂ ਦਾ PH ਹੁੰਦਾ ਹੈ 7 ਤੋਂ ਵੱਧ, 7 ਤੋਂ ਘੱਟ, 8 ਤੋਂ ਵੱਧ ਜਾਂ 8 ਤੋਂ ਘੱਟ? ਜੋ ਤੇਜ਼ਾਬੀ ਪਦਾਰਥ ਹੁੰਦੇ ਨੇ ਉਹਨਾਂ ਦਾ PH ਮਾਨ ਹੁੰਦਾ ਹੈ, ਉਹ ਹੁੰਦਾ 7 ਤੋਂ ਘੱਟ। ਸੋ ਆਪਣਾ ਆਂਸਰ ਹੋ ਜਾਏਗਾ B। ਡਿਊਡੈਨਮ ਕਿਸ ਦਾ ਹਿੱਸਾ ਹੈ? ਡਿਊਡੈਨਮ ਕਿਸ ਦਾ ਹਿੱਸਾ ਹੈ? ਲੀਵਰ, ਛੋਟੀ ਆਂਤ, ਵੱਡੀ ਆਂਦੜੀ ਜਾਂ ਗੁਰਦੇ? ਕੁਸ਼ਚਨ ਦਾ ਰਾਈਟ ਆਂਸਰ ਕੀ ਹੋ ਜਾਏਗਾ? ਬੀ, ਛੋਟੀ ਆਂਦਰ ਜਾਂ ਆਂਤ ਕਹਿ ਸਕਦੇ, ਆਂਦੜੀ ਕਹਿ ਸਕਦੇ ਹਾਂ। ਜਿਭ ਦਾ ਜਿਹੜਾ ਹਿੱਸਾ ਖੱਟਾ ਸਵਾਦ ਮਹਿਸੂਸ ਕਰਦਾ ਹੈ, ਉਹ ਕਿਹੜਾ ਹਿੱਸਾ ਹੈ? ਪਿਛਲਾ ਹਿੱਸਾ, ਪਾਸੇ ਵਾਲਾ ਹਿੱਸਾ, ਸ਼ੁਰੂਆਤ ਵਾਲਾ ਹਿੱਸਾ, ਅੱਗੇ ਅਤੇ ਪਿੱਛੇ ਦੋਨੋਂ ਹਿੱਸੇ ਜੋ ਹੋ ਸਕਦੇ ਨੇ? ਰਾਈਟ ਆਂਸਰ ਹੋ ਜਾਏਗਾ ਬੀ, ਪਾਸੇ ਵਾਲਾ ਹਿੱਸਾ। ਨੈਕਸਟ ਕੁਸ਼ਚਨ ਵਿੱਚ ਕੀ ਕਿਹਾ ਗਿਆ,
ਗਰਭਵਤੀ ਔਰਤ ਵਿੱਚ ਸਰੀਰ ਦੇ ਕਿਹੜੇ ਹਿੱਸੇ ਵਿੱਚ ਸਭ ਤੋਂ ਵੱਧ ਤਬਦੀਲੀਆਂ ਆਉਂਦੀਆਂ ਹਨ? ਚਮੜੀ, ਬੱਚੇਦਾਨੀ, ਯੋਨੀ ਜਾਂ ਇਹਨਾਂ ਵਿੱਚ ਕੋਈ ਨਹੀਂ? ਰਾਈਟ ਆਂਸਰ ਕੀ ਹੋ ਜਾਏਗਾ? ਬੀ, ਬੱਚੇਦਾਨੀ ਵਿੱਚ ਸਭ ਤੋਂ ਜ਼ਿਆਦਾ ਕੀ ਹੈ ਤਬਦੀਲੀਆਂ ਆਉਂਦੀਆਂ ਨੇ। ਨੈਕਸਟ ਕੁਸ਼ਚਨ ਵਿੱਚ ਕਿਹਾ ਗਿਆ, ਗਰਭ ਅਵਸਥਾ ਦੌਰਾਨ ਆਇਰਨ ਫੋਲਿਕ ਐਸਿਡ ਦੀਆਂ ਗੋਲੀਆਂ ਕਿੰਨੇ ਦਿਨਾਂ ਲਈ ਲੈਣੀਆਂ ਚਾਹੀਦੀਆਂ ਹਨ? 20, 50, 100 ਜਾਂ 365 ਦਿਨ? ਸੋ ਇਸਦਾ ਜੋ ਰਾਈਟ ਆਂਸਰ ਹੋ ਜਾਏਗਾ ਉਹ ਕੀ ਹੋ ਜਾਏਗਾ? ਰਾਈਟ ਆਂਸਰ ਹੋ ਜਾਏਗਾ ਸੀ, 100 ਦਿਨ। ਫਿਰ ਕਿਹਾ ਗਿਆ, ਇੱਕ ਆਂਗਨਵਾੜੀ ਵਰਕਰ ਕਿੰਨੀ ਜਨਸੰਖਿਆ ਨੂੰ ਕਵਰ ਕਰਦੀ ਹੈ? 1,000, 2,000, 3,000 ਜਾਂ 1,250? ਕੁਸ਼ਚਨ ਦਾ ਰਾਈਟ ਆਂਸਰ ਹੋ ਜਾਏਗਾ ਏ, 1,000। ਜਨਮ ਸਮੇਂ ਕਿਹੜੀ ਵੈਕਸੀਨ ਦਿੱਤੀ ਜਾਂਦੀ ਹੈ? BCG ਦਾ ਟੀਕਾ, 1, ਪੈਂਟਾਵੈਲੈਂਟ ਸੰਯੋਗ, ਮੀਜਲਸ ਵੈਕਸੀਨ ਜਾਂ DPT ਦੀ ਬੂਸਟਰ ਡੋਸ? ਕੁਸ਼ਚਨ ਦਾ ਰਾਈਟ ਆਂਸਰ ਹੋ ਜਾਏਗਾ ਏ, BCG ਦਾ ਟੀਕਾ ਜੋ ਦਿੱਤਾ ਜਾਂਦਾ ਹੈ। ਬੇਰੀਬੇਰੀ ਨਾਂ ਦੀ ਬਿਮਾਰੀ ਦਾ ਕਾਰਨ ਕੀ ਹੈ? ਵਿਟਾਮਿਨ ਏ ਦੀ ਕਮੀ, ਵਿਟਾਮਿਨ ਸੀ ਦੀ ਕਮੀ, ਵਿਟਾਮਿਨ B1 ਦੀ ਕਮੀ ਜਾਂ B12 ਦੀ ਕਮੀ? ਰਾਈਟ ਆਂਸਰ ਹੋ ਜਾਏਗਾ ਸੀ, ਵਿਟਾਮਿਨ B1 ਦੀ ਕਮੀ। ਨੈਕਸਟ ਕੁਸ਼ਚਨ ਵਿੱਚ ਕਿਹਾ ਕਿ ਜਨਮ ਦੇ ਸਮੇਂ ਇੱਕ ਆਮ ਨਵ ਜਨਮੇ ਬੱਚੇ ਦਾ ਭਾਰ ਹੁੰਦਾ ਹੈ 2.5 ਤੋਂ 3 ਕਿਲੋਗ੍ਰਾਮ, 2 ਤੋਂ 3 ਕਿਲੋਗ੍ਰਾਮ, 1 ਤੋਂ 1.5 ਕਿਲੋਗ੍ਰਾਮ ਜਾਂ 3 ਤੋਂ 4 ਕਿਲੋਗ੍ਰਾਮ? ਕੁਸ਼ਚਨ ਦਾ ਰਾਈਟ ਆਂਸਰ ਕੀ ਹੋ ਜਾਏਗਾ ਏ, 2.5 ਤੋਂ 3 ਕਿਲੋਗ੍ਰਾਮ। ਫਿਰ ਕੀ ਕਿਹਾ ਗਿਆ, ਟੁਡਲਰ ਦਾ ਕੀ ਮਤਲਬ ਹੈ? 1 ਸਾਲ ਤੱਕ ਦੇ ਬੱਚੇ, 6 ਸਾਲ ਤੱਕ ਦੇ ਬੱਚੇ, ਮਾਂ ਦੇ ਗਰਭ ਵਿੱਚ ਮੌਜੂਦ ਬੱਚੇ ਜਾਂ 1 ਤੋਂ 3 ਸਾਲ ਦੇ ਬੱਚੇ? ਟੁਡਲਰ ਦਾ ਕੀ ਮਤਲਬ ਹੈ? ਜੋ ਆਂਸਰ ਹੋ ਜਾਏਗਾ ਡੀ, 1 ਤੋਂ 3 ਸਾਲ ਦੇ ਬੱਚੇ ਕੀ ਕਿਹਾ ਜਾਂਦਾ ਹੈ? ਟੁਡਲਰ ਕਿਹਾ ਜਾਂਦਾ ਹੈ। ਫਿਰ ਕੁਸ਼ਚਨ ਕੀ ਕਿਹਾ ਗਿਆ, ਮੱਖੀਆਂ ਕਿਹੜੀ ਬਿਮਾਰੀ ਦੇ ਪ੍ਰਸਾਰਣ ਵਿੱਚ ਯੋਗਦਾਨ ਪਾਉਂਦੀਆਂ ਹਨ? ਏਡਸ, ਮਲੇਰੀਆ, ਟਾਈਫਾਇਡ, ਬੁਖਾਰ ਜਾਂ ਸਕਰਵੀ? ਕੁਸ਼ਚਨ ਦਾ ਰਾਈਟ ਆਂਸਰ ਹੈ ਸੀ, ਟਾਈਫਾਇਡ, ਬੁਖਾਰ। ਜੋ ਘਰੇਲੂ ਮੱਖੀਆਂ ਹੁੰਦੀਆਂ ਨੇ ਮਨੁੱਖਾਂ ਵਿੱਚ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਕੀ ਨੇ ਪੈਦਾ ਕਰਦੀਆਂ ਹਨ, ਜਿਸ ਵਿੱਚ ਟਾਈਫਾਇਡ, ਬੁਖਾਰ, ਪੇਚਿਸ, ਹੈਜਾ, ਪੋਲੀਓਮਾਈਲਾਈਟਿਸ, ਐਂਥਰੈਕਸ, ਕੋੜ ਅਤੇ ਤਪੇਦਿਕ ਸ਼ਾਮਿਲ ਹਨ? ਇਹ ਸਾਰੀਆਂ ਬਿਮਾਰੀਆਂ ਕੀ ਨੇ ਜੋ ਮੱਖੀਆਂ ਹੁੰਦੀਆਂ ਨੇ ਉਹ ਫੈਲਾਉਂਦੀਆਂ ਨੇ, ਇਸ ਕਰਕੇ ਇਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ। ਕਿਹੜੀ ਬਿਮਾਰੀ ਦੌਰਾਨ ਪੈਰੋਟਿਡ ਗਲੈਂਡ ਸੁੱਜਣ ਆ ਜਾਂਦੀ ਹੈ? ਨਿਮੋਨੀਆ, ਰੁਬੇਲਾ, ਕਨਫੜੇ ਜਾਂ ਏਡਸ? ਇਸ ਕੁਸ਼ਚਨ ਦਾ ਰਾਈਟ ਆਂਸਰ ਕੀ ਹੋ ਜਾਏਗਾ ਸੀ, ਕਨਫੜੇ ਜਾਂ ਮੰਪਸ? ਕਹਿੰਦੇ ਨੇ ਪਾਇਰੀਆ ਹੈ, ਪਾਇਰੀਆ ਕੀ ਹੈ? ਦੰਦਾਂ ਨਾਲ ਸੰਬੰਧਿਤ ਰੋਗ, ਬਾਲ ਰੋਗ, ਪਿੱਠ ਨਾਲ ਸੰਬੰਧਿਤ ਰੋਗ ਜਾਂ ਇਹਨਾਂ ਵਿੱਚ ਕੋਈ ਨਹੀਂ? ਕੁਸ਼ਚਨ ਦਾ ਰਾਈਟ ਆਂਸਰ ਹੋ ਜਾਏਗਾ ਏ, ਦੰਦਾਂ ਨਾਲ ਸੰਬੰਧਿਤ ਰੋਗ। ਫਿਰ ਕਿਹਾ ਗਿਆ, ਭਾਰਤ ਨੂੰ ਪੋਲੀਓ ਮੁਕਤ ਕਦੋਂ ਘੋਸ਼ਿਤ ਕੀਤਾ ਗਿਆ? 27 ਮਾਰਚ 2014 ਨੂੰ, 27 ਮਾਰਚ 2019 ਨੂੰ, 27 ਮਾਰਚ 2020 ਜਾਂ ਇਹਨਾਂ ਵਿੱਚ ਕੋਈ ਨਹੀਂ? ਕੁਸ਼ਚਨ ਦਾ ਰਾਈਟ ਆਂਸਰ ਹੋ ਜਾਏਗਾ ਏ, 27 ਮਾਰਚ 2014 ਨੂੰ।
ਇਹ ਸੀਗੇ ਅੱਜ ਦੇ ਇੰਪੋਰਟੈਂਟ ਕੁਐਸਚਨ ਜੋ ਆਪਾਂ ਮੋਕ ਟੈਸਟ ਕੀਤਾ।